ਪੰਜਾਬ ਵਿੱਚ ਆਪ ਪਾਰਟੀ ਦੇ ਆਗੂਆਂ ਵੱਲੋਂ ਅਸਤੀਫੇ ਦੇਣ ਤੋਂ ਬਾਅਦ ਬਿਆਨਬਾਜ਼ੀ ਦਾ ਦੌਰ ਜਾਰੀ ਹੈ। ਆਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪ ਪਾਰਟੀ ਤੇ ਨਿਸ਼ਾਨਾ ਸਾਧਿਆ। ਉਹਨਾਂ ਆਖਿਆ ਕਿ ਆਪ ਪਾਰਟੀ ਪੰਜਾਬ ਦੇ ਵਿੱਚ ਬਿਖਰ ਚੁੱਕੀ ਹੈ। ਕੇਜਰੀਵਾਲ ਖੁਦ ਹੀ ਆਪਣੀ ਤੇ ਲੱਗੇ ਇਲਜ਼ਾਮਾਂ ਦੇ ਵਿੱਚ ਘਿਰ ਚੁੱਕੇ ਨੇ। ਉਧਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਦੀ 2 ਮਹੀਨੇ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ ਰਹੀ। ਸਰਕਾਰ ਇੱਕ ਵੀ ਵਾਅਦਾ ਲੋਕਾਂ ਦੇ ਨਾਲ ਪੂਰਾ ਨਹੀਂ ਕਰ ਪਾਈ। ਉਹਨਾਂ ਇਹ ਵੀ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲੋਕਾਂ ਦੇ ਨਾਲ ਧੋਖਾ ਕੀਤਾ, ਜਿਸ ਦਾ ਜਵਾਬ ਸਰਕਾਰ ਨੂੰ ਦੇਣਾ ਪਵੇਗਾ। ਆਪ ਦੀ ਲੀਡਰਸ਼ਿਪ ਨੂੰ ਨਮੋਸ਼ੀ ਤੇ ਸ਼ਰਮਿੰਦਗੀ ਦੇ ਦੌਰ ਚੋਂ ਗੁਜ਼ਰਨਾ ਪੈ ਰਿਹਾ। ਪਾਰਟੀ ਦੇ ਮੁਖੀ ਤੇ ਉਹਦੇ ਨਾਲ ਦੇ ਸਾਥੀ ਦੋਸ਼ ਲਾ ਰਹੇ ਹੋਣ, ਖਾਸ ਤੌਰ ਤੇ ਜਿਹੜੇ ਮੁੱਖ ਮੰਤਰੀ ਤੇ ਉਹਦੇ ਕੈਬਨਿਟ ਦੇ ਵਜ਼ੀਰ ਦੋਸ਼ ਲਾ ਰਹੇ ਹੋਣ, ਦੋਸ਼ ਹੀ ਨਹੀਂ ਲਾ ਰਹੇ ਬਲਕਿ ਮੌਕੇ ਦੇ ਗਵਾਹ ਦੇ ਤੌਰ ਤੇ ਭੁਗਤ ਰਹੇ ਹੋਣ, ਬਾਅਦ ਫਿਰ ਕਿਸੇ ਹੋਰ ਸਬੂਤ ਦੀ ਜ਼ਰੂਰਤ ਨਹੀਂ ਹੁੰਦੀ। ਅਮਰਿੰਦਰ ਸਿੰਘ ਹੋਰਾਂ ਦੀ 2 ਮਹੀਨੇ ਦੀ ਕਾਰਗੁਜ਼ਾਰੀ ਉਹਨਾਂ ਦੀ ਸਰਕਾਰ ਦੀ ਬਹੁਤ ਹੀ ਨਿਰਾਸ਼ਾਜਨਕ ਆ ਬਲਕਿ ਅਫਸੋਸਨਾਕ ਆ। ਇੱਕ ਵੀ ਸਰਕਾਰ ਦੀ ਚਾਲ, ਸਰਕਾਰ ਦੀ ਢਾਲ ਤੋਂ ਨਜ਼ਰ ਆ ਰਿਹਾ ਵੀ ਇੱਕ ਵੀ ਵਾਅਦਾ ਬਚਨ ਇਹ ਸਰਕਾਰ ਪੂਰਾ ਨਹੀਂ ਕਰ ਪਾਏ।